ਅਗਰ ਕੋਈ ਸਟੇ ਕਰਨਾ ਚਾਹੁੰਦਾ ਹੈ ਤਾਂ ਸਟੇ ਵੀ ਕਰ ਸਕਦਾ ਹੈ। ਅਗਰ ਕਿਸੇ ਨੇ ਥਾਲੀ ਪੈਕ ਕਰਾਉਣੀ ਹੈ ਤਾਂ ਉਹ 150 ਰੁਪਏ ਦੇ ਵਿੱਚ ਪੈਕ ਕਰਕੇ ਦੇਣ। ਦਾਲ ਮੱਖਣੀ ਮਿਲ ਜੂਗੀ, ਕੜਾਈ ਪਨੀਰ, ਚਨਾ ਮਸਾਲਾ, ਜੀਰਾ ਆਲੂ, ਕੜੀ ਚਾਵਲ, ਰਾਇਤਾ ਮਿਲ ਜੂਗਾ, ਸੈਲਡ, ਨੂਡਲ, ਮਨਚੂਰੀਅਨ, ਬਟਰ ਰੋਟੀ, 130 ਵਿੱਚ ਮਿਲੇਗੀ। ਇੰਨਾ ਕੁਛ ਮਤਲਬ ਕਿ ਤੁਸੀਂ 130 ਰੁਪਏ ਵਿੱਚ ਦੇ ਰਹੇ ਹੋ? ਹਾਂਜੀ ਹਾਂਜੀ, ਇਹ ਪਾਰਟੀ ਹਾਲ ਹੈ। ਇੱਥੇ ਅਗਰ ਕਿਸੇ ਨੇ ਪਾਰਟੀ ਕਰਨੀ ਹੈਗੀ ਹੈ ਤਾਂ ਕਾਫੀ ਖੁੱਲ੍ਹੀ ਜਗ੍ਹਾ ਹੈਗੀ ਹੈ। ਹਾਂਜੀ, ਜੋ ਇਹਨਾਂ ਦੇ ਨੰਬਰਸ ਹੈਗੇ ਨੇ ਤੁਹਾਨੂੰ ਸਕਰੀਨ ਉੱਪਰ ਸ਼ੋ ਹੋ ਰਹੇ ਨੇ, ਤੁਸੀਂ ਅਗਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕੰਟੈਕਟ ਕਰਕੇ ਪੁੱਛ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਆਈ ਹਾਂ ਪੰਜਾਬੀ ਵਿਰਸਾ ਫਗਵਾੜਾ ਦੇ ਵਿੱਚ, ਅਤੇ ਇੱਥੇ ਤੁਹਾਨੂੰ ਲੰਚ, ਬ੍ਰੇਕਫਾਸਟ, ਡਿਨਰ, ਫਾਸਟ ਫੂਡ ਹਰ ਤਰ੍ਹਾਂ ਦਾ ਖਾਣਾ ਇੱਥੇ ਤੁਹਾਨੂੰ ਅਵੇਲੇਬਲ ਹੋ ਜਾਏਗਾ। ਅਤੇ ਜੋ ਜਗ੍ਹਾ ਹੈਗੀ ਪੁੱਲਾ ਰਾਈ ਚੌਂਕ, ਜਲੰਧਰ ਰੋਡ, ਨੀਅਰ ਸਬਵੇ, ਹੁਸ਼ਿਆਰਪੁਰ, ਫਗਵਾੜਾ ਦੇ ਵਿੱਚ ਹੈਗੀ ਹੈ। ਹਾਂਜੀ, ਅਤੇ ਕਰਦੇ ਹਾਂ ਇੱਥੋਂ ਦੇ ਓਨਰ ਦੇ ਨਾਲ ਗੱਲਬਾਤ ਅਤੇ ਤੁਹਾਨੂੰ ਸਾਰੇ ਔਫਰਸ ਬਾਰੇ ਜਾਣਕਾਰੀ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਅੱਜ ਵੀ ਆਈ ਹਾਂ ਪੰਜਾਬੀ ਵਿਰਸਾ ਮਿੰਨੀ ਹਵੇਲੀ ਫਗਵਾੜਾ ਦੇ ਵਿੱਚ। ਹਾਂਜੀ, ਮਿਲਾਉਂਦੇ ਹੈਗੇ ਪੰਜਾਬੀ ਵਿਰਸਾ ਦੇ ਓਨਰ ਗੁਰਪ੍ਰੀਤ ਕੌਰ ਜੀ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। 130 ਰੁਪਏ ਦੇ ਵਿੱਚ ਤੁਸੀਂ ਬਫੇ ਸਿਸਟਮ ਦੇ ਰਹੇ ਹੋ, ਅਤੇ ਇਸ ਦੇ ਵਿੱਚ ਕੀ ਮੈਨਿਊ ਅਵੇਲੇਬਲ ਹੈਗਾ ਹੈ? ਉਹਦੇ ਵਿੱਚ ਤੁਹਾਨੂੰ ਦਾਲ ਮੱਖਣੀ ਮਿਲ ਜੂਗੀ, ਕੜਾਈ ਪਨੀਰ, ਚਨਾ ਮਸਾਲਾ, ਜੀਰਾ ਆਲੂ, ਕੜੀ ਚਾਵਲ, ਰਾਇਤਾ ਮਿਲ ਜੂਗਾ, ਸੈਲਡ, ਨੂਡਲ, ਮਨਚੂਰੀਅਨ, ਬਟਰ ਰੋਟੀ। ਆ ਜਾਓ, ਮੈਂ ਤੁਹਾਨੂੰ ਦਿਖਾਉਂਦੀ ਹਾਂ। ਸੈਲਡ ਹੈਗਾ, ਰਾਇਤਾ, ਨੂਡਲਸ, ਚਾਵਲ ਮਿਲ ਜੂਗੇ, ਮਨਚੂਰੀਅਨ ਹੈਗਾ ਇੱਧਰ ਲੱਗਾ, ਦਾਲ ਮੱਖਣੀ, ਕੜਾਈ ਪਨੀਰ, ਚਨਾ ਮਸਾਲਾ, ਕੜੀ ਚਾਵਲ, ਜੀਰਾ ਆਲੂ, 130 ਵਿੱਚ ਮਿਲੇਗਾ। ਇੰਨਾ ਕੁਛ ਮਤਲਬ ਕਿ ਤੁਸੀਂ 130 ਰੁਪਏ ਵਿੱਚ ਦੇ ਰਹੇ ਹੋ? ਹਾਂਜੀ, ਇਹ ਤਾਂ ਮਤਲਬ ਕਾਫੀ ਵਧੀਆ ਆਫਰ ਹੈਗੀ ਹੈ। 130 ਰੁਪਏ ਦੇ ਵਿੱਚ ਸਾਨੂੰ ਇਹ ਪ੍ਰੋਪਰ ਥਾਲੀ ਤਿਆਰ ਕਰਕੇ ਦਿੰਦੇ, ਇੰਨਾ ਕੁਛ ਸਾਨੂੰ 130 ਰੁਪਏ ਦੇ ਵਿੱਚ ਸਾਨੂੰ ਮਿਲ ਜਾਏਗਾ। ਅਸੀਂ ਮਤਲਬ ਕਿ ਰੈਸਟੋਰੈਂਟ ਦੇ ਵਿੱਚ ਜਾਂਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ 130 ਰੁਪਏ ਦੇ ਵਿੱਚ ਇੰਨਾ ਕੁਛ ਖਾਣ ਨੂੰ ਮਿਲੇਗਾ। ਜੇ ਥਾਲੀ ਪੈਕ ਕਰਾਉਣੀ ਹੋਵੇ ਥਾਲੀ ਵੀ ਪੈਕ ਕਰ ਦਿੰਦੇ 150 ਹੋ ਜਾਈਏ। ਅਗਰ ਕਿਸੇ ਨੇ ਥਾਲੀ ਪੈਕ ਕਰਾਉਣੀ ਆ ਤਾਂ ਉਹ 150 ਰੁਪਏ ਦੇ ਵਿੱਚ ਪੈਕ ਕਰਦੇ। ਵੈਸੇ ਇੱਥੇ ਆ ਕੇ ਜੇ ਖਾਣੀ ਹੈਗੀ ਆ 130 ਰੁਪਏ ਦੇ ਵਿੱਚ। ਅਤੇ ਇੱਥੋਂ ਦੀ ਜੋ ਟਾਈਮਿੰਗ ਹੈਗੀ ਹੈ ਮੋਰਨਿੰਗ 10 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੈਗੀ ਹੈ। ਹਾਂਜੀ, ਸੈਪਰੇਟ ਰੂਮ ਹੈਗੇ ਨੇ ਜੇਕਰ ਤੁਸੀਂ ਆਪਣੇ ਦੋਸਤਾਂ ਦੇ ਨਾਲ ਬਰਥਡੇ ਪਾਰਟੀ ਜਾਂ ਤੁਸੀਂ ਫੈਮਿਲੀ ਦੇ ਨਾਲ ਕੋਈ ਪਾਰਟੀ ਇੰਜੋਏ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹ ਰੂਮ ਯੂਜ਼ ਕਰ ਸਕਦੇ ਹੋ। ਹਾਂਜੀ, ਇਹ ਉੱਪਰ ਪਾਰਟੀ ਹਾਲ ਹੈ ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ, ਇਹ ਪਾਰਟੀ ਹਾਲ ਹੈ। ਇੱਥੇ ਅਗਰ ਕਿਸੇ ਨੇ ਪਾਰਟੀ ਕਰਨੀ ਹੈਗੀ ਆ ਤਾਂ ਕਾਫੀ ਖੁੱਲ੍ਹੀ ਜਗ੍ਹਾ ਹੈਗੀ ਹੈ, ਸਾਰਾ ਕੁਝ ਜਾਣੀ ਅਵੇਲੇਬਲ ਹੈ ਇੱਥੇ। ਠੀਕ, ਮਤਲਬ ਕਿ ਅਗਰ ਕਿਸੇ ਨੇ ਪਾਰਟੀ ਕਰਨੀ ਹੈਗੀ ਹੈ ਇੱਥੇ, ਜੋ ਥਾਲੀ ਦਾ ਪ੍ਰਾਈਸ ਹੈਗਾ ਬਸ ਉਹ ਤੋਂ ਸਟਾਰਟ ਹੋ ਜਾਂਦਾ ਹੈ। ਹਾਂਜੀ, ਠੀਕ ਹੈ, 100 ਤੋਂ। ਉਹਦੇ ਵਿੱਚ ਵੀ ਪਹਿਲਾਂ ਸਨੈਕਸ ਮਿਲ ਜਾਂਦੇ, ਫਿਰ ਰੋਟੀ, ਆਈਸ ਕ੍ਰੀਮ, ਕੋਲਡ ਡਰਿੰਕ, ਸਾਰਾ ਕੁਝ ਜਾਣੀ ਅਵੇਲੇਬਲ ਹੈ ਇੱਥੇ। ਸਿਰਫ ਇੱਥੇ ਥਾਲੀ ਦਾ ਚਾਰਜ ਹੀ ਲਿਆ ਜਾਏਗਾ,
ਤੇ ਜੋ ਹਾਲ ਹੈਗਾ ਇਸ ਦਾ ਕੋਈ ਚਾਰਜਸ ਨਹੀਂ ਤੁਹਾਡੇ। ਹਾਂਜੀ ਇੱਧਰ ਬਹਿਣ ਵਾਸਤੇ ਰੂਮ ਵੀ ਬਣਾਏ ਹੋਏ ਆ ਜੇ ਕਿਸੇ ਨੇ ਇੱਧਰ ਬਹਿਣਾ ਹੋਵੇ। ਹਾਂਜੀ ਇਹ ਜੋ ਹਾਲ ਹੈਗਾ ਇਸ ਦੀ ਜੋ ਡੈਕੋਰੇਸ਼ਨ ਹੈਗੀ ਆ ਉਹ ਇਹਨਾਂ ਨੇ ਪ੍ਰੋਪਰ ਕੀਤੀ ਹੋਈ ਹੈ। ਜੇਕਰ ਤੁਸੀਂ ਇੱਥੇ ਮੈਰਿਜ ਫੰਕਸ਼ਨ ਰੱਖਣਾ ਚਾਹੁੰਦੇ ਆ ਜਾਂ ਤੁਸੀਂ ਹੋਰ ਕੋਈ ਪਾਰਟੀ ਇੱਥੇ ਰੱਖਣਾ ਚਾਹੁੰਦੇ ਆ ਤੁਸੀਂ ਰੱਖ ਸਕਦੇ ਆ। ਤੇ ਇੱਥੇ 100 ਤੋਂ 200 ਬੰਦੇ ਦਾ ਅਰੇਂਜਮੈਂਟ ਹੈਗਾ ਹੈ ਜੇਕਰ ਤੁਸੀਂ ਇੱਥੇ ਪਾਰਟੀ ਰੱਖਣਾ ਚਾਹੁੰਦੇ ਆ। ਜਿਦਾਂ ਸੈਪਰੇਟ ਕਿਸੇ ਨੇ ਬਹਿਣਾ ਹੁੰਦਾ ਪਰਿਵਾਰ ਵਿੱਚ ਉਹ ਵੀ ਬੈਠ ਸਕਦੇ ਆ ਇੱਥੇ। ਠੀਕ ਹੈ ਹਾਂਜੀ ਇੱਥੇ ਰੂਮਸ ਵੀ ਅਵੇਲੇਬਲ ਹੈਗੇ ਨੇ। ਰੂਮ ਦੇ ਨਾਲ ਅਟੈਚ ਇੱਥੇ ਤੁਹਾਨੂੰ ਵਾਸ਼ਰੂਮ ਵੀ ਮਿਲ ਜਾਏਗਾ। ਪ੍ਰੋਪਰ ਪ੍ਰਬੰਧ ਕੀਤਾ ਹੈਗਾ ਹੈ ਇੱਥੇ। ਤੁਸੀਂ 100 ਤੋਂ 200 ਬੰਦਿਆਂ ਦਾ ਆਰਾਮ ਨਾਲ ਤੁਸੀਂ ਇੱਥੇ ਪਾਰਟੀ ਕਰ ਸਕਦੇ ਹਾਂ। ਤੇ ਇੱਥੇ ਖੜ ਕੇ ਜੇਕਰ ਤੁਸੀਂ ਬਾਹਰ ਦਾ ਵਿਊ ਦੇਖਣਾ ਚਾਹੁੰਦੇ ਆ ਤਾਂ ਉਹ ਵੀ ਤੁਸੀਂ ਇੱਥੇ ਖੜ ਕੇ ਦੇਖ ਸਕਦੇ ਆ। ਤੇ ਇੱਥੇ ਤੁਹਾਨੂੰ ਪ੍ਰੋਪਰ ਬਾਹਰ ਦਾ ਵਿਊ ਤੁਹਾਨੂੰ ਦਿਖ ਜਾਏਗਾ। ਹਾਂਜੀ ਜੇਕਰ ਤੁਸੀਂ ਇਹਨਾਂ ਕੋਲ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਜੋ ਨੰਬਰਸ ਹੈਗੇ ਨੇ ਤੁਹਾਨੂੰ ਸਕਰੀਨ ਉੱਪਰ ਸ਼ੋਅ ਰਹੇ ਨੇ, ਤੁਸੀਂ ਉਹਨਾਂ 'ਤੇ ਕੰਟੈਕਟ ਕਰਕੇ ਇਹਨਾਂ ਕੋਲ ਜਾਣਕਾਰੀ ਲੈ ਸਕਦੇ ਹੋ। ਹਾਂਜੀ ਅਤੇ ਇੱਥੇ ਬਾਕੀ ਹੋਰ ਵੀ ਕਾਫੀ ਰੂਮਸ ਹੈਗੇ ਨੇ। ਇੱਥੇ ਲੇਡੀ ਸੰਗੀਤ ਵੀ ਕਰਨਾ ਹੋਵੇ ਅਤੇ ਨਾਲ ਰਿਸ਼ਤੇਦਾਰਾਂ ਨੇ ਰਹਿਣਾ ਹੋਵੇ ਰਹਿਣ ਦਾ ਵੀ ਪ੍ਰਬੰਧ ਹੈਗਾ ਜੀ। ਹਾਂਜੀ ਜੇਕਰ ਕਿਸੇ ਨੇ ਕੋਈ ਲੇਡੀ ਸੰਗੀਤ ਕਰਨਾ ਹੈਗਾ ਉਹ ਵੀ ਇੱਥੇ ਕਰ ਸਕਦੇ ਨੇ। ਜੋ ਪਾਰਟੀ ਹਾਲ ਹੈਗਾ ਉਹ ਵੀ ਤੁਸੀਂ ਦੇਖ ਲਿਆ ਕਾਫੀ ਵੱਡਾ ਹੈਗਾ ਹੈ। ਅਤੇ ਅਗਰ ਤੁਸੀਂ ਸਟੇਅ ਵੀ ਕਰਨਾ ਚਾਹੋ ਤਾਂ ਤੁਸੀਂ ਇੱਥੇ ਸਟੇਅ ਵੀ ਕਰ ਸਕਦੇ ਹੋ। ਅਗਰ ਕਿਸੇ ਨੇ ਇੱਥੇ ਰਹਿਣਾ ਹੈਗਾ ਆ ਤਾਂ ਇੱਕ ਰੂਮ ਜਿਹੜਾ ਹੈਗਾ ਰੈਂਟ 'ਤੇ ਤੁਹਾਨੂੰ ਮਿਲ ਜਾਏਗਾ। ਅਤੇ ਮੈਮ ਰੂਮ ਦਾ ਕੀ ਚਾਰਜ ਹੋਏਗਾ ਵੈਸੇ? ਰੂਮ ਦਾ 1500 ਰੁਪਏ। 1500 ਰੁਪਏ? ਹਾਂਜੀ। ਅਤੇ ਅਗਰ ਇੱਥੇ ਕਿਸੇ ਨੇ ਸਟੇਅ ਕਰਨੀ ਹੈਗੀ ਹੈ ਤਾਂ ਜੋ ਰੂਮ ਦਾ ਚਾਰਜ ਹੋਏਗਾ ਉਹ 1500 ਰੁਪਏ ਹੋਏਗਾ। ਅਤੇ ਇੱਥੇ ਜੋ ਵਾਸ਼ਰੂਮ ਹੈ ਰੂਮ ਦੇ ਨਾਲ ਅਟੈਚ ਹੀ ਤੁਹਾਨੂੰ ਮਿਲ ਜਾਣਗੇ। ਅਗਰ ਤੁਸੀਂ ਦੂਰੋਂ ਆ ਰਹੇ ਹੋ ਤਾਂ ਤੁਹਾਨੂੰ ਕੋਈ ਰੂਮ ਚਾਹੀਦਾ ਹੈਗਾ ਤੁਸੀਂ ਇੱਥੇ ਰੈਂਟ 'ਤੇ ਰੂਮ ਵੀ ਲੈ ਸਕਦੇ ਹੋ। ਅਤੇ ਮਤਲਬ ਕਿ ਕਾਫੀ ਵਧੀਆ ਇੱਥੇ ਫੈਸਿਲਿਟੀਜ਼ ਹੈਗੀਆਂ ਨੇ। ਜੋ ਪਾਰਟੀ ਹਾਲ ਹੈਗਾ ਹੈ ਉਹ ਤੁਸੀਂ ਦੇਖ ਲਿਆ ਹੈਗਾ ਹੈ। ਜੋ ਇੱਥੇ ਡੈਕੋਰੇਸ਼ਨ ਹੈਗੀ ਹੈ ਸਾਰੀ ਕੀਤੀ ਹੋਈ ਹੈਗੀ ਹੈ। ਅਤੇ ਅਗਰ ਤੁਸੀਂ ਇੱਥੇ ਕੋਈ ਸੰਗੀਤ ਜਾਂ ਕੋਈ ਪਾਰਟੀ ਕਰਨਾ ਚਾਹੁੰਦੇ ਆ ਤਾਂ ਇੱਥੇ ਕਰ ਸਕਦੇ ਹੋ। ਅਤੇ ਇੱਥੇ ਰੂਮ ਵੀ ਅਵੇਲੇਬਲ ਹੈਗੇ ਨੇ। ਅਗਰ ਕੋਈ ਸਟੇਅ ਕਰਨਾ ਚਾਹੁੰਦਾ ਹੈ ਤਾਂ ਸਟੇਅ ਵੀ ਕਰ ਸਕਦਾ ਹੈ। ਅਤੇ ਇੱਥੇ ਜੋ ਰੂਮ ਦਾ ਚਾਰਜਸ ਹੋਏਗਾ ਉਹ 1500 ਰੁਪਇਆ ਹੋਏਗਾ। 130 ਰੁਪਏ ਦੇ ਵਿੱਚ ਬਫੇਟ ਤਾਂ ਹੈਗੀ ਹੈ ਔਫਰ। ਬਟ ਜੋ ਇੱਥੇ ਪਾਰਟੀ ਕਰਦਾ ਹੈਗਾ ਹੈ ਵੀ ਔਫਰ ਹੈਗੀ ਹੈ ਕਿ ਇੱਥੇ ਜੋ ਹਾਲ ਹੈਗਾ ਹੈ ਇਸਦਾ ਕੋਈ ਚਾਰਜਸ ਵਗੈਰਾ ਨਹੀਂ ਪੇ ਕਰਨਾ ਪਏਗਾ। ਅਤੇ ਜੋ ਇੱਥੇ ਥਾਲੀ ਦਾ ਪ੍ਰਾਈਜ਼ ਹੈਗਾ 600 ਤੋਂ ਸਟਾਰਟ ਹੈਗਾ ਹੈ। ਅਗਰ ਤੁਸੀਂ ਇਸ ਤੋਂ ਇਲਾਵਾ ਵਧੀਆ ਫੂਡ ਮਤਲਬ ਕਿ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਉਹ ਵੀ ਇੱਥੇ ਅਵੇਲੇਬਲ ਹੈਗਾ ਹੈ। ਇੱਥੇ ਤੁਹਾਨੂੰ 600 ਤੋਂ 1000 ਤੱਕ ਤੁਹਾਨੂੰ ਇੱਥੇ ਤੁਹਾਨੂੰ ਪਲੇਟ ਮਿਲ ਜਾਏਗੀ। ਅਤੇ ਉਹਦੇ ਵਿੱਚ ਹੋਰ ਵੀ ਵਰਾਇਟੀਜ਼ ਐਡ ਹੋ ਜਾਣਗੀਆਂ। ਅਤੇ ਬਾਕੀ ਸਾਰਾ ਜੋ ਇੱਥੇ ਦਾ ਵਿਊ ਹੈਗਾ ਆ ਉਹ ਤੁਹਾਨੂੰ ਦਿਖਾ ਦਿੱਤਾ ਹੈਗਾ ਆ। ਅਤੇ ਜੋ ਪਾਰਟੀ ਹਾਲ ਹੈਗਾ ਆ ਅਤੇ ਥੱਲੇ ਜੋ ਰੂਮਸ ਹੈਗੇ ਨੇ, ਅਗਰ ਤੁਸੀਂ ਇੱਥੇ ਆਉਣਾ ਚਾਹੋ ਤਾਂ ਤੁਸੀਂ ਆ ਸਕਦੇ ਆ। ਅਗਰ ਸਟੇਅ ਵੀ ਕਰਨਾ ਚਾਹੋ ਤਾਂ ਇੱਥੇ ਸਟੇਅ ਵੀ ਕਰ ਸਕਦੇ ਆ। ਹਾਂਜੀ ਬਾਕੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਆ ਜੀ। ਹਾਂਜੀ ਅਤੇ ਇਹ ਸੀ ਅੱਜ ਦੀ ਵੀਡੀਓ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਵਾਲੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਈਏ, ਨਾਲ ਹੀ ਬੈਲ ਆਈਕਨ ਪ੍ਰੈਸ ਕਰ ਦਈਏ ਜਿਹਦੇ ਨਾਲ ਮੈਂ ਜੋ ਵੀ ਵੀਡੀਓ ਅਪਲੋਡ ਕਰਾਂਗੀ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗਾ। ਥੈਂਕਸ ਫੋਰ ਵਾਚਿੰਗ ਮਾਈ ਵੀਡੀਓ। ਹਾਂਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਆ ਤਾਂ ਜੋ ਨੰਬਰ ਹੈਗਾ ਤੁਹਾਨੂੰ ਸਕਰੀਨ ਉੱਪਰ ਸ਼ੋਅ ਰਿਹਾ ਹੈ ਤੁਸੀਂ ਉੱਤੇ ਕੰਟੈਕਟ ਕਰ ਸਕਦੇ ਹੋ।